ਬਿਸਮਿਲ੍ਲਾਹਿ ਰਹਿਮਾਨਿ ਰਹੀਮ। ਅਸਲਾਮੁ ਅਲੈਕੁਮ ਵਰਹਮਤੁਲਾ। ਆ ਜਨਾਬ ਹੈ ਲਸੂੜਾ। ਇੱਕ ਲਸੂੜਾ ਹੁੰਦਾ, ਇੱਕ ਲਸੂੜੀ ਹੁੰਦੀ ਆ। ਬਹਰਹਾਲ ਲਸੂੜੀਆਂ ਤਾਂ ਹੁਣ ਲੱਭਣੋਂ ਹਟ ਗਈਆਂ, ਅਤੇ ਲਸੂੜਾ ਵੀ ਜਿਹੜਾ ਨਾ ਸਾਡੇ ਪੰਜਾਬ 'ਚ ਹੁਣ ਨਾਪੈਦ ਹੁੰਦਾ ਜਾਂਦਾ। ਅੱਗੇ ਪਿੰਡਾਂ ਦੇ ਵਿੱਚ ਵੇਚਦੇ ਹੁੰਦੇ ਸੀ, ਬਲਕਿ ਪੈਲੀਆਂ 'ਚ ਹੁੰਦੇ ਸੀ, ਵੀ ਪਿੰਡਾਂ 'ਚ ਵੇਚਣ ਵਾਲੇ ਆ ਗਏ। ਹੁਣ ਮੰਡੀਆਂ 'ਚ ਜਾ ਕੇ ਲੱਭਣਾ ਪੈਂਦਾ, ਕਹਿਣਾ ਪੈਂਦਾ। ਇਹ ਹੁਣ ਸ਼ੇਹੂਪੁਰ ਤੋਂ ਬੰਦਾ ਲੈ ਕੇ ਆਇਆ ਸੀ, ਸ਼ੇਹੂਪੁਰ ਸਾਡੇ ਤੋਂ ਜਿੱਥੇ ਮੈਂ ਬੈਠਾ ਕੋਈ 40-45 ਕਿਲੋਮੀਟਰ। ਇਹ ਲਸੂੜਾ ਜਨਾਬ, ਆਹ ਦੇਖੋ, ਇਹਦੇ 'ਚ ਇਸ ਤਰ੍ਹਾਂ ਦੀ ਲੇਸ ਹੁੰਦੀ ਜਿਹੜੀ ਇਹਦੇ 'ਚੋਂ ਨਿਕਲ ਰਹੀ ਹੈ, ਆਹ ਟਾਹਣੀ ਨਾਲ। ਬੜੀ ਫਾਇਦੇ ਦੀ ਚੀਜ਼ ਹੈ, ਦਰੱਖਤਾਂ ਦੇ ਵੈਸੇ ਹੀ ਬੜੇ ਫਾਇਦੇ ਆ। ਜਦੋਂ ਤੁਸੀਂ ਸ਼ਜਰਕਾਰੀ ਕਰੋ, ਹਰ ਜ਼ਿਮੀਦਾਰ ਦੇ ਅੱਗੇ ਹੁੰਦੇ ਸੀ, ਹੁਣ ਹੈ ਨਹੀਂ। ਖੇਤ ਦੇ ਵਿੱਚ ਲਸੂੜਾ ਜ਼ਰੂਰ ਹੋਣਾ ਚਾਹੀਦਾ। ਬਾਬਾ ਜੀ ਕਹਿੰਦੇ, ਕੱਖੋਲੇ ਲੱਖ ਭਾਗ ਭਰੀਏ ਭਾਲੇ ਆ ਕੇ ਬੁੱਲਿਆ, ਉਹਦਾ ਕੀ ਪਾਉਣਾ, ਇੱਧਰੋਂ ਪੱਟਣਾ ਉੱਧਰ ਲਾਉਣਾ। ਕਿਸੇ ਨੂੰ ਪਤਾ ਤਾਂ ਹੋਵੇ ਉਸ ਕੱਖ ਦਾ ਜਾਂ ਉਸ ਪੱਟਣ ਲਾਉਣ ਦਾ, ਫੇਰ ਹੀ ਗੱਲ ਹੈ। ਲਸੂੜਾ ਬਲਗਮ ਖਾਂਸੀ ਵਾਸਤੇ ਬਹੁਤ ਮੁਫੀਦ ਆ। ਫਿਫੜਿਆਂ ਦੀ ਜਿਹੜੀ ਇਨਫੈਕਸ਼ਨ ਹੁੰਦੀ ਹੈ ਉਹਦੇ ਲਈ ਬਹੁਤ ਮੁਫੀਦ ਹੈ। ਇਹ ਮਈ ਜੂਨ 'ਚ ਤਿਆਰ ਹੋ ਜਾਂਦਾ ਆ। ਇਹਦਾ ਅਚਾਰ ਪਾ ਲਈਏ ਸਰ੍ਹੋਂ ਦੇ ਤੇਲ ਦੇ ਵਿੱਚ, ਉਹ ਤੇਲ ਦੀ ਵਜ੍ਹਾ ਤੋਂ ਕਈ ਸਾਲ ਇਸਤੇਮਾਲ ਹੋ ਸਕਦਾ ਹੈ। ਬੱਚੇ ਬੁੱਢੇ ਜਵਾਨ ਸਾਰਿਆਂ ਲਈ ਯਕਸਾਂ ਇਹ ਮੁਫੀਦ ਹੈ, ਇੱਕੋ ਜਿਹਾ ਜੀ। ਇਹਦੇ ਵਿੱਚ ਖਸੂਸੀਅਤ ਹੈ ਅਲਸਰ ਕੈਂਸਰ ਦੇ ਜਿਹੜੇ ਜ਼ਖਮ ਆ ਉਹਨਾਂ ਨੂੰ ਆਰਾਮ ਦਿਵਾਉਣ ਦੀ। ਇਹਦੇ 'ਚ ਖਸੂਸੀਅਤ ਆ ਸ਼ੂਗਰ ਦਾ, ਜਿਹੜਾ ਹੈ ਨਾ ਜ਼ਖਮ ਹੋ ਜਾਂਦੇ ਆ, ਹਟਦੇ ਨਹੀਂ। ਉਹ ਇਹਦੇ ਛਿੱਲ ਦੀ ਬਣਾਉਂਦੇ ਆ ਹਕੀਮ ਮਲਮ, ਉਰਦੂ 'ਚ ਮਰਹਮ ਕਹਿੰਦੇ ਆ, ਉਹ ਹੁੰਦੀ ਆ। ਅੱਛਾ, ਇਹਦੇ ਪੱਤੇ ਕਈ ਲੋਕ ਇਸਤੇਮਾਲ ਕਰਦੇ ਆ ਸ਼ੂਗਰ ਕੰਟਰੋਲ ਕਰਨ ਲਈ, ਔਰ ਹੁੰਦੀ ਵੀ ਆ। ਕਿੱਸਾ ਮੁਖਤਸਰ, ਇਹ ਬੜੀ ਮੁਫੀਦ ਚੀਜ਼ ਹੈ। ਇਹਨੂੰ ਮੰਡੀਓ ਲਓ, ਇਹਦਾ ਅਚਾਰ ਪਾਓ, ਔਰ ਹਰੇ ਦਾ ਪੈ ਜਾਏ ਠੀਕ ਆ, ਲੇਕਿਨ ਪੱਕਿਆਂ ਦਾ ਵੀ ਪੈ ਜਾਂਦਾ। ਪੱਕੇ ਹੋਏ ਆ, ਮੈਂ ਇਹ ਲਏ ਸੀਗੇ, ਗਿਟਕਾਂ ਇਹਨਾਂ 'ਚੋਂ ਕੱਢ ਕੇ ਜੇ ਬੀਜਣੇ ਆ। ਇਹਨੂੰ ਜ਼ਰੂਰ ਇਸਤੇਮਾਲ ਕਰੋ, ਔਰ ਮੈਂ ਮਹਿਕਮਾ ਫੋਰੈਸਟ ਜੰਗਲਾਤ ਨੂੰ ਵੀ ਰਿਕੁਐਸਟ ਕਰਦਾ, ਲਸੂੜਾ ਜਿਹੜਾ ਨਾ ਇਹ ਵੀ ਜ਼ਰੂਰ ਆਪਣੇ ਜੰਗਲਾਂ 'ਚ ਇਸਤੇਮਾਲ ਲਾਉਣ 'ਚ ਇਸਤੇਮਾਲ ਕਰਨ। ਇਹ ਔਰ ਆਮ ਜ਼ਿਮੀਂਦਾਰ ਵੀ ਜਿਹੜੇ ਸ਼ਜਰਕਾਰੀ ਕਰਦੇ, ਲਸੂੜਾ ਜਿਹੜਾ ਆ ਇਹ ਬਹੁਤ ਮੁਫੀਦ ਹੈ। ਇਹਦੇ ਤੋਂ ਇਲਾਵਾ ਜਿਹੜੇ ਸ਼ੀਰਖਾਰ ਡੰਗਰਾਂ ਦੇ ਬੱਚੇ ਪਾਲਦੇ ਨਾ, ਕੱਟੇ ਬੱਚੇ, ਉਹ ਲੋਕ ਵੀ ਲਸੂੜੇ ਦੀ ਜਿਹੜੀ ਨਾ ਲੱਕੜ ਇਸਤੇਮਾਲ ਕਰਦੇ ਖੁਰਲੀਆਂ 'ਚ, ਉਹਨਾਂ ਨੂੰ ਸ਼ੀਰਾ ਖਿਲਾਉਣ ਵਾਸਤੇ ਖੁਰਲੀਆਂ ਦੇ ਵਿੱਚ ਫਿਰ ਸੁਰਾਖ ਕੱਢ ਕੇ ਸ਼ੀਰਾ ਪਾ ਕੇ ਉੱਤੇ ਲਸੂੜੇ ਦੀ ਜਿਹੜੀ ਹੈ ਨਾ ਲੱਕੜ ਰੱਖ ਦਿੰਦੇ ਆ, ਉਹ ਬੱਚੇ ਜਿਹੜੇ ਆ ਨਾ ਉਹ ਚੱਟਦੇ ਰਹਿੰਦੇ ਆ, ਉਹਨਾਂ ਲਈ ਵੀ ਇਹ ਮੁਫੀਦ ਆ। ਲੇਕਿਨ ਇਹਦਾ ਜਿਹੜਾ ਅਚਾਰ ਹੈ ਉਹ ਆ ਬਲੱਡ ਪ੍ਰੈਸ਼ਰ ਵਾਲੇ ਵਿੱਚ ਲੂਣ ਹੁੰਦਾ ਨਾ ਪਾਇਆ, ਅਹਿਤਿਆਤ ਨਾ ਖਾਣ। ਬਹੁਤ ਬਹੁਤ ਸ਼ੁਕਰੀਆ। ਹੱਸਦੇ ਰਹੋ ਅਤੇ ਵਸਦੇ ਰਹੋ, ਛਾਦ ਰਹੋ ਅਤੇ ਬਾਦ ਰਹੋ। ਅੱਲਾਹ ਤਾਲਾ ਆਸਾਨੀਆਂ ਅਤਾ ਕਰੇ ਔਰ ਆਸਾਨੀਆਂ ਵੰਡਣ ਦਾ ਸ਼ਰਫ ਅਤਾ ਕਰੇ। ਪਾਕਿਸਤਾਨ ਜ਼ਿੰਦਾਬਾਦ।